ਹੁਣ ਇੱਥੇ ਅੰਕੜਿਆਂ ਦੀ ਗੱਲ ਕਰ ਲਈਏ ਤਾਂ ਸਾਲ 2017-18 ਦੇ ਵਿੱਚ 45,449 ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇਹਨਾਂ ਧੀਆਂ ਨੂੰ 78,58,00,000 ਦਾ ਲਾਹਾ ਪਹੁੰਚਾਇਆ ਗਿਆ ਤੇ ਉੱਥੇ ਹੀ 19,928 ਪਛੜੀ ਸ਼੍ਰੇਣੀ ਤੇ ਗਰੀਬ ਧੀਆਂ ਦੇ ਲਈ ਵੀ 34,19,00,000 ਰੁਪਏ ਸਰਕਾਰ ਨੇ ਜਾਰੀ ਕੀਤੇ। 2018-19 ਦੀ ਗੱਲ ਕੀਤੀ ਜਾਏ ਤਾਂ 40,113 ਅਨੁਸੂਚਿਤ ਜਾਤੀ ਦੀਆਂ ਇਹਨਾਂ ਧੀਆਂ ਦੇ ਲਈ 84,23,00,000 ਰੁਪਏ ਸਰਕਾਰ ਨੇ ਜਾਰੀ ਕੀਤੇ ਤਾਂ ਉੱਥੇ ਹੀ 16,544 ਪਛੜੀ ਸ਼੍ਰੇਣੀ ਤੇ ਗਰੀਬ ਧੀਆਂ ਦੇ ਲਈ 34,74,00,000 ਦੀ ਵਿੱਤੀ ਮਦਦ ਦਿੱਤੀ। ਸਾਲ 2019-20 ਦੇ ਵਿੱਚ ਵੀ 47,243 ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇਹਨਾਂ ਧੀਆਂ ਦੇ ਲਈ 99,21,00,000 ਰੁਪਏ ਦਿੱਤੇ ਗਏ ਜਦਕਿ 22,665 ਪਛੜੀ ਸ਼੍ਰੇਣੀ ਤੇ ਗਰੀਬ ਧੀਆਂ ਦੇ ਲਈ 47,59,00,000 ਰੁਪਏ ਦੀ ਵਿੱਤੀ ਸਹਾਇਤਾ ਸਰਕਾਰ ਨੇ ਦਿੱਤੀ। ਜ਼ਿਲ੍ਹਾਵਾਰ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਧੀਆਂ ਦੇ ਲਈ ਕੀ ਰਾਸ਼ੀ ਜਾਰੀ ਕੀਤੀ ਗਈ। ਅੰਮ੍ਰਿਤਸਰ ਦੀਆਂ 6,487 ਧੀਆਂ ਦੇ ਲਈ 13,62,00,000, ਬਰਨਾਲਾ ਦੀਆਂ 1,299 ਧੀਆਂ ਦੇ ਲਈ 2,70,00,000, ਬਠਿੰਡਾ ਦੀਆਂ 2,707 ਧੀਆਂ ਦੇ ਲਈ 5,68,00,000, ਫਰੀਦਕੋਟ ਦੀਆਂ 1,402 ਧੀਆਂ ਲਈ 2,94,00,000, ਫਤਿਹਗੜ੍ਹ ਸਾਹਿਬ ਦੀਆਂ 1,445 ਧੀਆਂ ਲਈ 3,03,00,000, ਫਾਜ਼ਿਲਕਾ ਦੀਆਂ 4,243 ਧੀਆਂ ਲਈ 8,91,00,000, ਫਿਰੋਜ਼ਪੁਰ ਦੀਆਂ 2,363 ਧੀਆਂ ਲਈ 4,96,00,000, ਗੁਰਦਾਸਪੁਰ ਦੀਆਂ 5,821 ਧੀਆਂ ਲਈ 12,22,00,000, ਹੁਸ਼ਿਆਰਪੁਰ ਦੀਆਂ 4,006 ਧੀਆਂ ਲਈ 8,41,00,000, ਜਲੰਧਰ ਦੀਆਂ 3,813 ਧੀਆਂ ਲਈ 8,00,00,000 ਰੁਪਏ ਜਾਰੀ ਕੀਤੇ ਗਏ। ਕਪੂਰਥਲਾ ਦੀਆਂ 1,885 ਧੀਆਂ ਲਈ 3,95,00,000, ਲੁਧਿਆਣਾ ਦੀਆਂ 5,580 ਧੀਆਂ ਲਈ 11,71,00,000, ਮਾਨਸਾ ਦੀਆਂ 2,702 ਧੀਆਂ ਲਈ 5,67,00,000, ਮੋਗਾ ਦੀਆਂ 1,940 ਧੀਆਂ ਲਈ 4,07,00,000, ਸ੍ਰੀ ਮੁਕਤਸਰ ਸਾਹਿਬ ਦੀਆਂ 2,584 ਧੀਆਂ ਲਈ 5,42,00,000, ਪਠਾਨਕੋਟ ਦੀਆਂ 2,417 ਧੀਆਂ ਲਈ 5,07,00,000, ਪਟਿਆਲਾ ਦੀਆਂ 4,945 ਧੀਆਂ ਲਈ 10,38,00,000, ਰੂਪਨਗਰ ਦੀਆਂ 2,315 ਧੀਆਂ ਲਈ 4,86,00,000, SAS ਨਗਰ ਮੋਹਾਲੀ ਦੀਆਂ 1,823 ਧੀਆਂ ਲਈ 3,82,00,000, SBS ਨਗਰ ਨਵਾਂ ਸ਼ਹਿਰ ਦੀਆਂ 1,858 ਧੀਆਂ ਲਈ 3,90,00,000, ਸੰਗਰੂਰ ਦੀਆਂ 3,813 ਧੀਆਂ ਲਈ 8,00,00,000, ਤਰਨ ਤਾਰਨ ਦੀਆਂ 4,470 ਧੀਆਂ ਲਈ 9,38,00,000 ਰੁਪਏ ਜਾਰੀ ਕੀਤੇ ਗਏ ਨੇ।